ਅੱਜ ਮਿਤੀ 12 ਅਪ੍ਰੈਲ 2020 ਤੱਕ ਅਸੀਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ 708 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਨੇ, ਜਿਹਦੇ ਵਿੱਚੋਂ 577 ਸੈਂਪਲਾਂ ਦੀ ਰਿਪੋਰਟ ਜਿਹੜੀ ਹੈਗੀ ਸਾਨੂੰ ਪ੍ਰਾਪਤ ਹੋ ਚੁੱਕੀ ਹੈ। 131 ਸੈਂਪਲਾਂ ਦੀ ਰਿਪੋਰਟ ਜਿਹੜੀ ਹੈਗੀ ਉਹ ਆਉਣ ਵਾਲੀ ਬਾਕੀ ਹੈ। 577 ਵਿੱਚੋਂ 548 ਜਿਹੜੇ ਕੇਸ ਹੈਗੇ ਉਹ ਨੈਗੇਟਿਵ ਪਾਏ ਗਏ ਨੇ, 12 ਕੇਸ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਨੇ, 12 ਕੇਸਾਂ 'ਚੋਂ 2 ਕੇਸ ਜਿਹੜੇ ਹੈਗੇ ਉਹ ਬਾਹਰਲੇ ਜ਼ਿਲ੍ਹਿਆਂ ਦੇ ਹੈਗੇ, ਬਾਕੀ ਜਿਹੜੇ ਕੇਸ ਸੀਗੇ ਉਹ 17 ਕੇਸ ਸੀਗੇ ਜਿਹੜੇ ਕਿ ਸੈਂਪਲ ਜਿਹੜੇ ਸੀਗੇ ਉਹ ਕਿਸੇ ਕਾਰਨਾਂ ਕਰਕੇ ਰਿਜੈਕਟ ਹੋ ਗਏ ਸੀਗੇ। ਇੱਕ ਪੇਸ਼ੈਂਟ ਜਿਹੜਾ ਸਾਡਾ ਸਭ ਤੋਂ ਪਹਿਲਾ ਪੇਸ਼ੈਂਟ ਸੀਗਾ ਉਹ ਕਿਉਰ ਹੋ ਕੇ ਆਪਣੇ ਘਰ ਵਾਪਸ ਪਰਤ ਕੇ ਜਾ ਚੁੱਕਿਆ ਹੈ, ਬਟ ਉਸਨੂੰ ਵੀ ਅਸੀਂ ਹਾਲੇ ਹੋਮ ਕੁਆਰੰਟੀਨ ਕਰਕੇ ਰੱਖਿਆ ਹੋਇਆ, ਉਹਨਾਂ ਦੀ ਵੀ ਜਿਹੜੀ ਐਕਟੀਵਿਟੀਜ਼ ਹੈਗੀ ਉਹਨਾਂ ਨੂੰ ਅਸੀਂ ਲਗਾਤਾਰ ਚੈੱਕ ਕਰ ਰਹੇ ਹਾਂ। ਜਿਵੇਂ ਮੈਂ ਦੱਸਿਆ ਸੀਗਾ ਕਿ ਸਾਡੇ 2 ਏਰੀਆਜ਼ ਹੈਗੇ ਜਿਨ੍ਹਾਂ ਨੂੰ ਅਸੀਂ ਹੌਟਸਪੋਟ ਡਿਕਲੇਅਰ ਕੀਤਾ ਹੋਇਆ ਹੈ, ਇੱਕ ਹੈਗਾ ਅਮਰਪੁਰਾ ਸ਼ਹਿਰ ਦੇ ਵਿੱਚ ਅਤੇ ਦੂਜਾ ਏਰੀਆ ਜਿਹੜਾ ਹੈਗਾ ਉਹ ਹੈਗਾ ਪਿੰਡ ਚੌਕੀਮਾਨ ਗੁੜੇ ਜਿਹੜਾ ਹੈਗਾ ਜਗਰਾਓਂ ਦੇ ਵਿੱਚ ਪੈਂਦਾ ਹੈ, ਉਸ ਏਰੀਆ ਨੂੰ ਅਸੀਂ ਹੌਟਸਪੋਟ ਡਿਕਲੇਅਰ ਕੀਤਾ ਸੀਗਾ। ਉਹਨਾਂ ਉਹ ਦੋਵਾਂ ਥਾਵਾਂ ਜਿਹੜੀਆਂ ਹੈਗੀਆਂ ਹੈਲਥ ਡਿਪਾਰਟਮੈਂਟ ਦੀ ਡਿਊਟੀ ਲਾਈ ਗਈ ਸੀਗੀ ਔਰ ਉਹਨਾਂ ਨੇ ਉੱਥੇ ਐਕਸਟੈਂਸਿਵ ਚੈਕਿੰਗ ਜਿਹੜੀ ਹੈਗੀ ਉਹ ਚਾਲੂ ਕੀਤੀ ਹੈਗੀ। ਅੱਜ ਤਕਰੀਬਨ 185 ਕਰ ਜਿਹੜੇ ਹੈਗੇ ਉਹਨਾਂ ਨੇ ਚੈੱਕ ਕੀਤੇ ਸੀਗੇ ਅਮਰਪੁਰਾ ਏਰੀਆ ਦੇ ਵਿੱਚ। 854 ਬੰਦਿਆਂ ਨੂੰ ਉੱਥੇ ਉਹਨਾਂ ਨੇ ਸਕਰੀਨਿੰਗ ਕੀਤੀ, ਜਿਹਦੇ ਵਿੱਚ ਇੱਕ ਬੰਦਾ ਜਿਹੜਾ ਸੀਗਾ ਉਹ ਥੋੜ੍ਹੇ ਜਿਹੇ ਉਸਦੇ ਵਿੱਚ ਸਿਮਟਮਸ ਪਾਏ ਗਏ ਨੇ, ਬਾਕੀ ਜਿਹੜੇ ਬੰਦੇ ਹੈਗੇ ਉਹਨਾਂ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਿਮਟਮ ਜਿਹੜਾ ਹੈਗਾ ਪ੍ਰਾਪਤ ਨਹੀਂ ਹੋਇਆ। ਜਿਹੜਾ ਇੱਕ ਸਿਮਟਮ ਜਿਸ ਬੰਦੇ ਦਾ ਹੈਗਾ ਉਸਨੂੰ ਸਿਵਲ ਹੋਸਪਿਟਲ ਦੇ ਵਿੱਚ ਆਈਸੋਲੇਸ਼ਨ 'ਚ ਰੱਖ ਲਿਆ ਹੈਗਾ। ਇਸੀ ਤਰ੍ਹਾਂ ਚੌਕੀਮਾਨ ਅਤੇ ਗੁੜੇ ਪਿੰਡ ਹੈਗੇ ਉੱਥੇ ਦੋਨੋਂ ਪਿੰਡਾਂ ਦੇ ਵਿੱਚ ਵੀ ਅਸੀਂ ਅੱਜ ਸਕਰੀਨਿੰਗ ਜਿਹੜੀ ਹੈਗੀ ਉਹ ਕਰਾਈ ਹੈਗੀ। ਤਕਰੀਬਨ 450 ਘਰਾਂ ਨੂੰ ਅੱਜ ਉੱਥੇ ਵਿਜ਼ਿਟ ਕਰਾਇਆ ਹੈਗਾ ਔਰ ਤਕਰੀਬਨ 2000 ਦੇ ਨੇੜੇ ਤੇੜੇ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਉੱਥੇ ਸਕਰੀਨ ਕੀਤਾ ਹੈਗਾ ਔਰ ਕੋਈ ਵੀ ਬੰਦਾ ਉੱਥੇ ਇਹੋ ਜਿਹਾ ਨਹੀਂ ਮਿਲਿਆ ਜਿਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਿਮਟਮ ਹੋਵੇ। ਤਾਂ ਉਹਨਾਂ ਸਾਰਿਆਂ ਨੂੰ ਅਸੀਂ ਆਲਰੇਡੀ ਕੁਆਰੰਟੀਨ ਤਾਂ ਕੀਤਾ ਹੀ ਹੋਇਆ, ਅਸੀਂ ਲਗਾਤਾਰ ਉਹਨਾਂ ਨੂੰ ਚੈੱਕ ਕਰਦੇ ਰਹਾਂਗੇ। ਤਾਂ ਅੱਜ ਤੱਕ ਦੀ ਜਿਹੜੇ ਹੈਲਥ ਬੁਲੇਟ ਹੈਲਥ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਇਹੀ ਹੈਗੀ। ਇਸ ਤੋਂ ਇਲਾਵਾ ਕੁਛ ਸਾਡੇ ਕੋਲ ਸ਼ਿਕਾਇਤਾਂ ਆਈਆਂ ਸੀਗੀਆਂ ਕਿ ਕੁਛ ਇਲੀਗਲ ਮੰਡੀਆਂ ਜਿਹੜੀਆਂ ਹੈਗੀਆਂ ਲੱਗ ਰਹੀਆਂ ਹੈਗੀਆਂ। ਕੱਲ੍ਹ ਸ਼ਾਮ ਨੂੰ ਹੀ ਕਾਰਪੋਰੇਸ਼ਨ ਕਮਿਸ਼ਨਰ ਵੱਲੋਂ ਇਹ 3 ਥਾਵਾਂ ਹੈਗੀਆਂ ਸ਼ੇਰਪੁਰ ਅਤੇ 2 ਹੋਰ ਥਾਵਾਂ ਹੈਗੀਆਂ ਜਿਨ੍ਹਾਂ ਦੀ ਇਨਫੋਰਮੇਸ਼ਨ ਸਾਨੂੰ ਦਿੱਤੀ ਹੈਗੀ। ਕਮਿਸ਼ਨਰ ਪੁਲਿਸ ਨੂੰ ਇਹ ਇਨਫੋਰਮੇਸ਼ਨ ਜਿਹੜੀ ਸੀਗੀ ਉਹ ਸਪਲਾਈ ਕਰਤੀ ਹੈਗੀ ਔਰ ਮੇਰੇ ਨੌਲੇਜ 'ਚ ਥੋੜ੍ਹੀ ਦੇਰ ਪਹਿਲਾਂ ਮੀਟਿੰਗ 'ਚ ਉਹਨਾਂ ਨੇ ਦੱਸਿਆ ਹੈਗਾ ਕਿ ਅਸੀਂ 3 ਥਾਵਾਂ 'ਤੇ FIR ਜਿਹੜੀ ਹੈਗੀ ਉਹ ਦਰਜ ਕਰ ਰਹੇ ਹਾਂ। ਕੋਈ ਬੰਦੇ ਨੂੰ ਇਲੀਗਲ ਐਕਟੀਵਿਟੀ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੇਖੀਏ, ਲੁਧਿਆਣੇ ਦਾ ਜਿਹੜਾ ਸਬਜ਼ੀ ਮੰਡੀ ਮਾਡਲ ਜਿਹੜਾ ਹੈਗਾ ਉਹ ਕਾਫੀ ਮਿਹਨਤ ਕਰਕੇ ਔਰ ਕਾਫੀ ਦਿਮਾਗ ਲਗਾ ਕੇ ਅਸੀਂ ਤਿਆਰ ਕੀਤਾ ਸੀਗਾ ਕਿ ਅਸੀਂ ਇੱਕ ਕੈਸਕੇਡ ਮਾਡਲ ਜਿਹੜਾ ਸੀਗਾ ਉਹ ਲੁਧਿਆਣੇ ਦੇ ਵਿੱਚ ਅਸੀਂ ਅਪਣਾਇਆ ਹੈਗਾ ਕਿ ਕਿਸੇ ਵੀ ਤਰੀਕੇ ਨਾਲ ਉੱਤੇ ਭੀੜ ਜਿਹੜੀ ਹੈਗੀ ਉਹ ਇਕੱਠੀ ਹੀ ਨਾ ਹੋਣ ਦਿੱਤੀ ਜਾਵੇ। ਤਾਂ ਹੁਣ ਕੋਈ ਵੀ ਆਮ ਬੰਦਾ ਜਿਹੜਾ ਹੈਗਾ ਉੱਥੇ ਡਾਇਰੈਕਟਲੀ ਆਪਣੀ ਸਬਜ਼ੀ ਖਰੀਦਣ ਵਾਸਤੇ ਹੁਣ ਨਹੀਂ ਜਾ ਸਕਦਾ, ਕੋਈ ਵੀ ਛੋਟਾ ਵੈਂਡਰ ਜਿਹੜਾ ਹੈਗਾ ਉਹ ਵੀ ਉੱਥੇ ਨਹੀਂ ਜਾ ਸਕਦਾ। ਕੇਵਲ ਔਰ ਕੇਵਲ ਵੱਡੇ ਵੈਂਡਰਸ ਜਿਹੜੇ ਹੈਗੇ ਜੋ ਕਿ ਜਿਨ੍ਹਾਂ ਦੀ ਕੈਪੈਸਿਟੀ ਕਾਫੀ ਜ਼ਿਆਦਾ ਹੈਗੀ, ਜੋ ਕਿ ਪੂਰੇ ਵਾਰਡ ਨੂੰ ਸਾਂਭ ਸਕਦੇ ਹੈ, ਇਸ ਤਰ੍ਹਾਂ ਦੇ ਵੈਂਡਰਾਂ ਨੂੰ ਅਸੀਂ ਲਾਇਸੈਂਸ ਦਿੱਤਾ ਹੈਗਾ ਔਰ ਇੰਨੀ ਵੱਡੀ ਮੰਡੀ ਦੇ ਵਿੱਚ ਹੁਣ ਕਿਸੇ ਵੀ ਤਰ੍ਹਾਂ ਦੀ ਪਿਛਲੇ 2 ਹਫ਼ਤਿਆਂ ਤੋਂ ਜਦੋਂ ਇਹ ਸਿਸਟਮ ਚੱਲ ਰਿਹਾ ਹੈਗਾ ਕਿਸੇ ਵੀ ਤਰ੍ਹਾਂ ਦੀ ਸਾਨੂੰ ਰਸ਼ ਦੀ ਜਿਹੜੀ ਸ਼ਿਕਾਇਤ ਹੈਗੀ ਉਹ ਨਹੀਂ ਮਿਲ ਰਹੀ ਹੈਗੀ। ਤਾਂ ਇਹ ਮਾਡਲ ਜਿਹੜਾ ਹੈਗਾ ਕਾਫੀ ਡਿਫਰੈਂਟ ਟਾਈਪ ਦਾ ਮਾਡਲ ਹੈ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਸ਼ ਹੀ ਉੱਥੇ ਨਹੀਂ ਹੁੰਦੀ। ਬਾਕੀ ਫੋਰਸ ਜਿਹੜੀ ਹੈਗੀ, ਫੋਰਸ ਡਿਪਲੋਇਮੈਂਟ ਬਹੁਤ ਹੀ ਚੰਗੀ ਉੱਥੇ ਕੀਤੀ ਹੋਈ ਹੈ। ਇੱਕ DCP ਰੈਂਕ ਦੇ ਆਫਿਸਰ ਸਾਹਿਬਾਂ ਨੂੰ ਅਸੀਂ ਉੱਥੇ ਆਲਰੇਡੀ ਲਾਇਆ ਹੋਇਆ, ਜਿਨ੍ਹਾਂ ਨੇ ਕਾਫੀ ਮਿਹਨਤ ਕੀਤੀ ਸੀਗੀ ਉਦੋਂ DMO ਔਰ ਬਾਕੀ ਆਫਿਸਰ ਸਾਹਿਬਾਂ ਦੇ ਨਾਲ ਮਿਹਨਤ ਕਰਕੇ ਇਹ ਸਿਸਟਮ ਜਿਹੜਾ ਸੀਗਾ ਉਹ ਇਜਾਦ ਕੀਤਾ। ਔਰ ਇਜਾਦ ਕਰਨ ਤੋਂ ਬਾਅਦ ਹੁਣ ਪਿਛਲੇ 1.5-2 ਹਫ਼ਤੇ ਤੋਂ ਅਸੀਂ ਇਸਨੂੰ ਇੰਪਲੀਮੈਂਟ ਵੀ ਕਰ ਰਹੇ ਹਾਂ ਔਰ ਬਹੁਤ ਸਕਸੈਸਫੁਲੀ ਇਸਨੂੰ ਇੰਪਲੀਮੈਂਟ ਕੀਤਾ ਹੋਇਆ। ਇਹਦੇ ਵਿੱਚ ਇਹ ਹੈਗਾ ਕਿ ਚੂੰਕਿ ਸਾਰਿਆਂ ਨੂੰ ਪਤਾ ਹੈਗਾ ਪਹਿਲਾਂ ਲੋਕਡਾਊਨ ਪੀਰੀਅਡ ਜਿਹੜਾ ਸੀਗਾ ਉਹ 14 ਅਪ੍ਰੈਲ ਤੱਕ ਦਾ ਸੀਗਾ, ਤਾਂ ਇਸ ਕਰਕੇ ਸਾਰੇ ਪਾਸਿਸ ਜਿਹੜੇ ਵੀ ਬਣੇ ਸੀਗੇ, ਜਿਨ੍ਹਾਂ ਨੂੰ ਅਸੀਂ ਅਸੈਂਸ਼ੀਅਲ ਸਰਵਿਸਿਜ਼ ਵਾਸਤੇ ਪਾਸਿਸ ਬਣਾਏ ਸੀਗੇ, ਉਹ 14 ਅਪ੍ਰੈਲ ਤੱਕ ਦੇ ਬਣਾਏ ਸੀਗੇ। ਹੁਣ ਅਸੀਂ ਪਤਾ ਕਰ ਰਹੇ ਹਾਂ ਕਿਉਂਕਿ ਐਕਸਟੈਂਸ਼ਨ ਜਿਹੜੀ ਹੈਗੀ ਉਹ ਹੋਣੀ ਹੋਈ ਹੈ, ਤਾਂ ਸੋਫਟਵੇਅਰ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਚੇਂਜ ਕੀਤਾ ਜਾ ਰਿਹਾ। ਦੈਨ ਅਸੀਂ ਆਪਣਾ ਲੋਕਡਾਊਨ ਪੀਰੀਅਡ ਵੀ ਜਿਹੜਾ ਹੈਗਾ ਉਸਨੂੰ ਆਫਿਸ਼ੀਅਲ ਆਰਡਰ ਕਰਕੇ ਕੱਢਾਂਗੇ ਔਰ ਉਸ ਦੇ ਨਾਲ ਹੀ ਉਹਨਾਂ ਨੂੰ ਪਾਸਿਸ ਦੇ ਬਾਰੇ ਵੀ ਅਸੀਂ ਅਗਲੀ ਇੰਸਟਰਕਸ਼ਨ ਜਿਹੜੀ ਹੈਗੀ ਉਹ ਪਾਸ ਕਰ ਦੇਵਾਂਗੇ। ਹਾਲੇ ਕਿਉਂਕਿ ਕਰਫਿਊ ਲੱਗਿਆ ਹੋਇਆ, ਅਸੀਂ ਇਹ ਸਿਸਟਮ ਜਿਹੜਾ ਹੈਗਾ ਉਸਨੂੰ ਆਨਲਾਈਨ ਪਾਸਿਸ ਦੇ ਵਿੱਚ ਰੱਖਿਆ ਹੋਇਆ। ਜੇ ਕੋਈ ਵੀ ਬੰਦਾ ਬੈਂਕ ਜਾਂ ATM ਸਰਵਿਸਿਜ਼ ਲੈਣਾ ਚਾਹੁੰਦਾ ਤਾਂ ਉਹ ਈਜ਼ੀਲੀ ਅਪਲਾਈ ਕਰ ਸਕਦਾ ਔਰ ਇਸ ਵੇਲੇ ਸਾਡੇ ਪਾਸਿਸ ਦੀ ਡਿਸਪੋਜ਼ਲ ਜਿਹੜੀ ਹੈਗੀ ਉਹ ਕਾਫੀ ਚੰਗੀ ਹੈਗੀ।
ਕੋਈ ਵੀ ਪਾਸ ਜਿਹੜਾ ਹੈਗਾ ਉਹ 3-4 ਘੰਟੇ ਤੋਂ ਵੱਧ ਨਹੀਂ ਲੱਗਦਾ ਜਨਰਲੀ ਅਸੀਂ ਜਾਂ ਤਾਂ ਉਸਨੂੰ ਜੇ ਉਸਦਾ ਰੀਜ਼ਨ ਵੈਲਿਡ ਹੁੰਦਾ ਤਾਂ ਅਸੀਂ ਉਸਨੂੰ ਅਸੈਪਟ ਕਰ ਲੈਂਦੇ ਹਾਂ ਜੇ ਉਸਦਾ ਰੀਜ਼ਨ ਵੈਲਿਡ ਨਹੀਂ ਹੁੰਦਾ ਤਾਂ ਅਸੀਂ ਉਸਨੂੰ ਰਿਜੈਕਟ ਕਰ ਦਿੰਦੇ ਹਾਂ ਤਾਂ ਹਰੇਕ ਬੰਦੇ ਨੂੰ ਪਾਸ ਜ਼ਰੂਰ ਚਾਹੀਦਾ ਹੈਗਾ ਜੇ ਕੋਈ ਵੀ ਬੰਦਾ ਆਪਣੇ ਘਰੋਂ ਬਾਹਰ ਨਿਕਲਣਾ ਚਾਹੁੰਦਾ ਹੈ ਔਰ ਜਿਵੇਂ ਅਸੀਂ ਕੱਲ੍ਹ ਦੱਸਿਆ ਸੀਗਾ ਕਿ ਹਰੇਕ ਬੰਦਾ ਜੋ ਵੀ ਬਾਹਰ ਨਿਕਲਦਾ ਹੈ ਭਾਵੇਂ ਉਹ ਪਾਸ ਲੈ ਕੇ ਨਿਕਲਦਾ ਹੋਵੇ ਉਸਨੂੰ ਆਪਣਾ ਮੂੰਹ ਜਿਹੜਾ ਹੈਗਾ ਉਸਨੂੰ ਕਵਰ ਕਰਕੇ ਨਿਕਲਣਾ ਪੈਣਾ ਹੈ। ਦੇਖੀ ਇਸ ਮੈਂ ਐਸ ਫਾਰ ਐਜ ਪ੍ਰੈਗਨੈਂਟ ਲੇਡੀਜ਼ ਆਰ ਕੰਸਰਨ ਇਹ ਤਾਂ ਆਲਰੇਡੀ ਜਿਹੜੀਆਂ ਗੌਰਮੈਂਟ ਦੀ ਸਕੀਮਾਂ ਹੈਗੀਆਂ ਉਹਦੇ ਵਿੱਚ ਆਲਰੇਡੀ ਕਵਰਡ ਹੈਗਾ ਕਿ ਉਹਨਾਂ ਨੂੰ ਲੈ ਕੇ ਆਉਣਾ ਔਰ ਲੈ ਕੇ ਜਾਣਾ ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹੈਲਥ ਡਿਪਾਰਟਮੈਂਟ ਦੀ ਰਿਸਪੋਂਸੀਬਿਲਿਟੀ ਬਣਦੀ ਹੈ। ਮੈਨੂੰ ਹੁਣੇ ਤੁਸੀਂ ਥੋੜ੍ਹੀ ਦੇਰ ਪਹਿਲਾਂ ਇਸ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇੱਕ ਦੱਸਿਆ ਸੀਗਾ ਇੱਕ ਕੇਸ ਇਹੋ ਜਿਹਾ ਆਇਆ ਹੈਗਾ ਅਸੀਂ ਇਸਨੂੰ ਇਨਵੈਸਟੀਗੇਟ ਕਰਵਾਵਾਂਗੇ ਕਿ ਕੋਈ ਵੀ ਬੰਦਾ ਲੇਡੀ ਸਪੈਸ਼ਲੀ ਪ੍ਰੈਗਨੈਂਟ ਲੇਡੀ ਜਿਹੜੀ ਹੈਗੀ ਉਸਦੀ ਸਕੀਮ ਜਿਹੜੀ ਹੈਗੀ ਉਸਦੇ ਅੰਦਰ ਉਸਨੂੰ ਪੂਰੀ ਸਹੂਲਤ ਜਿਹੜੀ ਹੈਗੀ ਮਿਲਣੀ ਚਾਹੀਦੀ ਹੈ। ਦੇਖਿਏ ਐਸ ਫਾਰ ਐਜ ਓ ਪੀ ਡੀਜ਼ ਆਰ ਕੰਸਰਨ ਗੌਰਮੈਂਟ ਵੱਲੋਂ ਕਿਹਾ ਹੋਇਆ ਹੈ ਅਸੀਂ ਆਪਣੀ ਓ ਪੀ ਡੀ ਜਿਹੜੀ ਹੈਗੀ ਇੱਥੋਂ ਉੱਥੇ ਸ਼ਿਫਟ ਕੀਤੀ ਹੈਗੀ ਜਿਹੜੇ ਅਸੀਂ ਜਨਰਲੀ ਸਜੈਸਟ ਲੋਕਾਂ ਨੂੰ ਇਹੀ ਕਰਦੇ ਨੇ ਜਿਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਪੈਸ਼ਲ ਲੋਡ ਹੈਗੀ ਉਹੀ ਬੰਦਾ ਉੱਥੇ ਆਵੇ ਕੇਵਲ ਮਾਮੂਲੀ ਚੀਜ਼ਾਂ ਦੇ ਵਾਸਤੇ ਉਹ ਬੰਦੇ ਨਾ ਆਉਣ। ਜੇ ਮਾਮੂਲੀ ਕੋਈ ਚੀਜ਼ ਹੈਗੀ ਤਾਂ ਤੁਸੀਂ ਕੋਈ ਡਾਕਟਰ ਨੂੰ ਪਰਸਨਲੀ ਜਾਣਦੇ ਹੋ ਤੁਹਾਡੇ ਫੈਮਿਲੀ 'ਚ ਕੋਈ ਡਾਕਟਰ ਹੈਗਾ ਤਾਂ ਉਸਦੇ ਨਾਲ ਗੱਲਬਾਤ ਕਰ ਲਈ ਜਾਵੇ ਕਿਉਂਕਿ ਜੇ ਤੁਸੀਂ ਹੋਸਪਿਟਲਾਂ ਨੂੰ ਬਿਨਾਂ ਕਿਸੇ ਬਾਤ ਦੇ ਬਿਨਾਂ ਕਿਸੇ ਗੱਲ ਦੇ ਬਿਨਾਂ ਕਿਸੇ ਸੈਂਸਿਟਿਵ ਇਸ਼ੂ ਦੇ ਜਾਂ ਸੀਰੀਅਸਨੈਸ ਦੇ ਤੁਸੀਂ ਵਿਜ਼ਿਟ ਕਰਦੇ ਹੋ ਤਾਂ ਦੇਰ ਇਜ਼ ਅ ਪੋਸੀਬਿਲਿਟੀ ਆਫ ਕੰਟੈਮੀਨੇਸ਼ਨ ਤਾਂ ਅਸੀਂ ਇਹੋ ਜਿਹੀ ਥਾਵਾਂ 'ਤੇ ਜਿੱਥੇ ਕਿ ਕਿਸੇ ਵੀ ਤਰ੍ਹਾਂ ਦੀ ਕੰਟੈਮੀਨੇਸ਼ਨ ਫੈਲ ਸਕਦੀ ਹੈ ਉਹ ਵਾਲੀ ਥਾਵਾਂ ਜਿਹੜੀਆਂ ਹੈਗੀਆਂ ਅਵੋਇਡ ਕਰਨ ਤਾਂ ਜ਼ਿਆਦਾਤਰ ਜੇ ਪੋਸੀਬਲ ਹੋਵੇ ਤਾਂ ਆਪਣੇ ਡਾਕਟਰਾਂ ਦੇ ਨਾਲ ਆਪਾਂ ਟੈਲੀਫੋਨਿਕਲੀ ਗੱਲਬਾਤ ਕਰਕੇ ਹੀ ਆਪਣੇ ਮਰਜ਼ ਦੱਸ ਕੇ ਉਹਨਾਂ ਤੋਂ ਦਵਾਈ ਵਗੈਰਾ ਲੈ ਲੈਣੀ ਚਾਹੀਦੀ ਹੈ। ਅਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹੋਸਪਿਟਲਾਂ 'ਚ ਘੱਟ ਤੋਂ ਘੱਟ ਵਿਜ਼ਿਟ ਕਰਨ ਜੇ ਕਿਸੇ ਨੂੰ ਫਿਰ ਵੀ ਕੋਈ ਅਰਜੈਂਸੀ ਹੈਗੀ ਤਾਂ ਹੀ ਉਹ ਉੱਥੇ ਵਿਜ਼ਿਟ ਕਰੇ ਅਦਰਵਾਈਜ਼ ਸਾਰੀ ਕਿ ਸਾਰੀ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉਹ ESI ਦੇ ਵਿੱਚ ਸ਼ਿਫਟ ਕੀਤੀਆਂ ਜਾ ਚੁੱਕੀਆਂ ਹਨ। ਇਨਫੈਕਟ ਦਵਾਈ ਵਗੈਰਾ ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ESI ਨੂੰ ਸ਼ਿਫਟ ਕਰਤੀਆਂ ਹੈਗੀਆਂ ਹੁਣ ਬੰਦੇ ਜਿਹੜੇ ਹੈਗੇ ESI ਦੇ ਵਿੱਚ ਜਾ ਕੇ OPD ਸਰਵਿਸਿਸ ਅਤੇ ਐਮਰਜੈਂਸੀ ਸਰਵਿਸਿਸ ਦਾ ਲਾਭ ਲੈ ਸਕਦੇ ਹਨ। ਦੇਖਿਏ ਇਸ ਮੈਂ ਬਹੁਤ ਹੀ ਇਨਫੈਕਟ ਜਿੰਨਾ ਮੈਨੂੰ ਪਤਾ ਹੈਗਾ ਉਸ ਤੋਂ ਜ਼ਿਆਦਾ ਜਿਹੜਾ ਹੈਗਾ ਹੈਲਥ ਡਿਪਾਰਟਮੈਂਟ ਦੇ ਡਾਕਟਰਾਂ ਨੂੰ ਇਨਫੈਕਟ ਵੱਡੇ ਵੱਡੇ ਹੋਸਪਿਟਲ ਜਿਹੜੇ ਹੈਗੇ ਉਹਨਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਣਾ ਇਸ ਚੀਜ਼ ਦੇ ਬਾਰੇ ਕਿ ਕਿਹੜੀ ਕਿਹੜੀ ਸਾਵਧਾਨੀਆਂ ਜਿਹੜੀਆਂ ਹੈਗੀਆਂ ਵਰਤਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਇਸ ਐਡਵਾਈਜ਼ਰੀ ਜਿਹੜੀ ਹੈਗੀ ਹੈਲਥ ਡਿਪਾਰਟਮੈਂਟ ਵੱਲੋਂ ਆਲਰੇਡੀ ਗਈ ਹੋਈ ਹੈ। ਅਸਲ ਜਿਹੜੀ ਚੀਜ਼ ਹੈਗੀ ਉਹ ਇਹੀ ਹੈਗੀ ਕਿ ਸੋਸ਼ਲ ਡਿਸਟੈਂਸਿੰਗ ਮੈਂਟੇਨ ਰੱਖਣ ਹੱਥ ਜਿਹੜੇ ਹੈਗੇ ਉਹਨਾਂ ਨੂੰ ਧੋ ਕੇ ਰੱਖਣ ਔਰ ਬਾਕੀ ਜਿਹੜੀ ਚੀਜ਼ ਹੈਗੀ ਕੋਈ ਵੀ ਰਸ਼ ਨਾ ਕਰਨ ਡਿਸਟੈਂਸ ਜਿਹੜੀ ਹੈਗੀ ਉਹ ਬਣਾ ਕੇ ਰੱਖਣ ਇਹੋ ਜਿਹੀ ਜਿਹੜੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਉਹਨਾਂ ਨੇ ਅਡੋਪਟ ਕਰਨਾ ਚਾਹੀਦਾ ਹੈ। ਦੇਖਿਏ ਜਨਰਲੀ ਇੱਕ ਸਿਸਟਮ ਦਾ ਲੋਕਆਊਟ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਬਹੁਤ ਸਾਰਾ ਸੈਕਟਰ ਇਹੋ ਜਿਹਾ ਵੀ ਹੋ ਜਾਂਦਾ ਜਿਨ੍ਹਾਂ ਨੂੰ ਬੇਸਿਕ ਨੈਸੈਸਿਟੀ ਦਾ ਸਾਮਾਨ ਜਿਹੜਾ ਹੈਗਾ ਉਹ ਦੀ ਲੋੜ ਪੈਂਦੀ ਹੈ। ਗਵਰਨਮੈਂਟ ਵੱਲੋਂ ਲਗਾਤਾਰ ਡਰਾਈ ਰਾਸ਼ਨ ਜਿਹੜਾ ਹੈਗਾ ਉਹ ਵੀ ਸਪਲਾਈ ਕੀਤਾ ਜਾ ਰਿਹਾ ਬਟ ਕਈ ਸਾਰੀ ਥਾਵਾਂ 'ਤੇ ਸਾਨੂੰ ਲਗਾਤਾਰ ਕੰਪਲੇਂਟਾਂ ਜਿਹੜੀਆਂ ਹੈਗੀਆਂ ਆਉਂਦੀਆਂ ਰਹਿੰਦੀਆਂ ਨੇ ਕਿ ਉੱਥੇ ਉਹਨਾਂ ਨੂੰ ਖਾਣਾ ਵਗੈਰਾ ਨਹੀਂ ਮਿਲ ਰਿਹਾ ਹੈਗਾ ਜਾਂ ਕੋਈ ਰਾਸ਼ਨ ਦੀ ਰਿਕੁਐਸਟ ਹੈਗੀ ਤਾਂ ਅਸੀਂ ਕਾਫੀ ਇਸ ਦੇ ਵਿੱਚ ਮਿਹਨਤ ਕਰਕੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਇਸ ਦਾ ਨੋਡਲ ਆਫਿਸਰ ਬਣਾਇਆ ਹੋਇਆ ਉਹਨਾਂ ਦੇ ਨਾਲ ECA ਗਲਾਡਾ ਵੀ ਹੈਗੇ ਅਤੇ ਪੁਲਿਸ ਵੱਲੋਂ ਵੀ ADCP ਸਾਹਿਬ ਹੈਗੇ ਇਹ ਸਾਰਿਆਂ ਨੇ ਇੱਕ ਬਹੁਤ ਵਧੀਆ ਸਿਸਟਮ ਜਿਹੜਾ ਹੈਗਾ ਉਸਨੂੰ ਬਣਾਇਆ ਹੋਇਆ ਹੈ। ਉਹਨਾਂ ਨੇ ਸਾਰੇ ਦੇ ਸਾਰੇ ਏਰੀਆਜ਼ ਨੂੰ ਡਿਵਾਈਡ ਕੀਤਾ ਹੋਇਆ ਹੈ ਲੰਗਰ ਸੇਵਾ ਵਗੈਰਾ ਦੇ ਵਾਸਤੇ ਜਿਸ ਤੋਂ ਕਿ ਕਿਤੇ ਡੁਪਲੀਕੇਸੀ ਵਗੈਰਾ ਨਾ ਹੋਵੇ ਔਰ ਉਹਨਾਂ ਦੀ ਸੁਪਰਵੀਜ਼ਨ ਦੇ ਵਿੱਚ ਹੀ ਇਹ ਜਿਹੜੀ ਡਿਸਟ੍ਰੀਬਿਊਸ਼ਨ ਜਿਹੜੀ ਹੈਗੀ ਹੋ ਰਹੀ ਹੈ ਅਸੀਂ ਉਹਨਾਂ ਨੂੰ ਹੁਣ ਵੀ ਹਦਾਇਤ ਕਰਾਂਗੇ। ਵੈਸੇ ਜ਼ਿਆਦਾਤਰ ਇਸ ਤਰ੍ਹਾਂ ਦੀ ਔਰਗਨਾਈਜੇਸ਼ਨ ਜਿਹੜੀ ਹੈਗੀ ਉਹ ਸੈਲਫ ਮੋਟੀਵੇਟਿਡ ਨੇ ਔਰ ਜਨਰਲੀ ਸਾਰੀ ਕਿ ਸਾਰੀ ਗਵਰਨਮੈਂਟ ਦੀ ਕੰਡੀਸ਼ਨ ਜਿਹੜੀਆਂ ਹੈਗੀਆਂ ਗਾਈਡਲਾਈਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਉਹ ਫੋਲੋ ਕਰ ਰਹੇ ਨੇ ਲੇਕਿਨ ਜੇ ਕਿਤੇ ਕਿਸੇ ਤਰ੍ਹਾਂ ਇਸ ਤਰ੍ਹਾਂ ਦੇ ਇਸ਼ੂਜ਼ ਹੋਣਗੇ ਤਾਂ ਅਸੀਂ ਐਨਾਲਿਸਿਸ ਕਮੇਟੀ ਦੇ ਰਾਹੀਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਕਾਈਂਡਲੀ ਜੋ ਵੀ ਨੋਰਮਸ ਹੈਗੇ ਗਾਈਡਲਾਈਨਸ ਹੈਗੀਆਂ ਉਹਨਾਂ ਦੀ ਫੋਲੋ ਕਰ ਉਹਨਾਂ ਨੂੰ ਫੋਲੋ ਕਰਨ ਔਰ ਸੋਸ਼ਲ ਡਿਸਟੈਂਸਿੰਗ ਵਗੈਰਾ ਮੈਂਟੇਨ ਕਰਨ। ਇਸ ਮੈਂ ਫੋਰ ਦਾ ਟਾਈਮ ਬੀਂਗ ਅਸੀਂ ਕੁਛ ਇੱਕ ਰੈਸਟੋਰੈਂਟ ਜਿਹੜੇ ਹੈਗੇ ਉਹਨਾਂ ਨੂੰ ਹੀ ਅਲਾਊ ਕੀਤਾ ਸੀਗਾ ਜਿਹਨਾਂ ਦੀ ਐਪਲੀਕੇਸ਼ਨ ਸਾਡੇ ਕੋਲ ਪਿਛਲੇ 10-12 ਦਿਨਾਂ ਤੋਂ ਪੈਂਡਿੰਗ ਪਈਆਂ ਹੋਈਆਂ ਸੀਗੀਆਂ ਅਸੀਂ ਉਹਨਾਂ ਨੂੰ ਚੈੱਕ ਕਰ ਰਹੇ ਹਾਂ 2-3 ਦਿਨਾਂ ਦੀ ਉਹਨਾਂ ਦੇ ਟ੍ਰਾਇਲ ਪੀਰੀਅਡ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਜੇ ਉਹ ਸਕਸੈਸਫੁਲ ਹੋਊਗਾ ਫਿਰ ਅਸੀਂ ਅੱਗੇ ਦੱਸਾਂਗੇ ਕਿ ਕਿਸ ਤਰੀਕੇ ਨਾਲ ਅੱਗੇ ਵਾਲੇ ਅਪਲਾਈ ਕਰ ਸਕਦੇ। ਇਹ ਅਪਲਾਈ ਆਨਲਾਈਨ ਹੀ ਕਰਨਾ ਪੈਂਦਾ ਕੋਈ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਮੈਨੂਅਲ ਐਪਲੀਕੇਸ਼ਨ ਜਿਹੜੀ ਹੈਗੀ ਵੈਸੇ ਵੀ ਅਸੀਂ ਅਪਲਾਈ ਕਰਦੇ ਹਾਂ। ਓਕੇ।